बिस्मिल्लाह रहमान रहीम, अस्सलाम वालेकुम। आज तुहाडे वास्ते फ्रूट सब्जी लिए टोकरियां खिन के आ गए। सब तो पहले देखो, इन्हां दे विच त्रै तो चार डिजाइन हैं, मैं तुहानूं दिखाना, रेट भी दिखाना। ये बाजार 50 रुपए की सेल विच बिकदी है, असां तुहानूं आपां रेट भी दसां। ये देखो, एक इन्हां डिजाइन, उस तो बाद अच्छा जी एक डिजाइन आ गए इसमें, इन्हां दी शेपां मुख्तलिफ हैं। ये देखो, उस तो बाद ये कड़े वाली आ गए इसमें। ये देखो ਕਲਰ ਮਜ਼ੀਦ ਵੀ ਮਿਲ ਗਏ ਸੰਤੋਨੇ ਇਹਨਾਂ ਦੇ ਵਿੱਚ, ਅਤੇ ਇੱਕ ਆ ਗਿਆ ਇਸਨੇ ਇੱਕ। ਇਹ ਬਾਜ਼ਾਰ 50 ਰੁਪਏ 60 ਰੁਪਏ ਦੀ ਸੇਲ ਵਿੱਚ ਵਿਕਦੀ ਹੈ, ਅਸਾਂ ਤੁਹਾਨੂੰ ਦੱਸਾਂ ਸਿਰਫ ਔਰ ਸਿਰਫ 320 ਰੁਪਏ ਦਰਜਨ, 320 ਰੁਪਏ ਦਰਜਨ ਮਿਲ ਗਏ ਸੀ। ਇਹ ਯਾਨੀ ਕਿ 2627 ਰੁਪਏ ਦਾ ਪੀਸ ਤੁਹਾਨੂੰ ਹੋ ਸੀ। ਉਸ ਤੋਂ ਬਾਅਦ ਇਹ ਦੇਖੋ, ਕਾਫੀ ਪਿਆਰੇ ਕਲਰ ਇਹਦੇ ਵਿੱਚ ਮੌਜੂਦ ਹਨ, ਅਤੇ ਇਹਦਾ ਰੇਟ ਥੋੜ੍ਹਾ ਕੁਝ ਜ਼ਿਆਦਾ ਹੈ, ਤੁਹਾਨੂੰ ਮਿਲ ਗਏ ਸੀ 340 ਰੁਪਏ ਦਰਜਨ, 340 ਰੁਪਏ ਦਰਜਨ ਮਿਲ ਗਏ ਸੀ। ਅੱਛਾ ਜੀ, ਉਸ ਤੋਂ ਬਾਅਦ ਇਹ ਦੇਖੋ, ਅਤੇ ਕਾਫੀ ਵੱਡਾ ਪੀਸ ਹੈ, ਇਹਦੀ 8 ਇੰਚ ਨਾ ਥੋੜ੍ਹਾ ਹੀ ਹੋ ਸੀ ਤਕਰੀਬਨ, ਅਤੇ ਇਹਦੇ ਵਿੱਚ ਸਾਈਜ਼ ਅੰਦਾਜ਼ਾ ਨਹੀਂ ਕਹਿੰਦਾ, ਇਸ ਵਜ੍ਹਾ ਥੋੜ੍ਹਾ ਹੀ ਦੱਸਿਆ ਮੈਂ। ਤਾਂ ਇਹ ਜਿਹੜਾ ਨਾ ਬਾਜ਼ਾਰ ਵਿਕਦੀ ਨੇ 100 ਰੁਪਏ 80 ਰੁਪਏ ਦੀ ਸੇਲ ਵਿੱਚ, ਅਸਾਂ ਤੁਹਾਨੂੰ ਦੱਸਾਂ ਸਿਰਫ ਔਰ ਸਿਰਫ 50 ਰੁਪਏ ਦੀ, 600 ਰੁਪਏ ਦਰਜਨ ਤੁਹਾਨੂੰ ਮਿਲ ਗਏ। ਇਹਦੇ ਵਿੱਚ ਕਲਰ ਤੁਹਾਨੂੰ ਮਿਲ ਗਏ ਸਾਨੂੰ ਖੋਲ੍ਹ ਕੇ ਤੁਹਾਨੂੰ ਦਿਖਾਉਂਦੇ ਪਏ। ਇਹ ਤੁਹਾਨੂੰ ਬਾਜ਼ਾਰੂ 200-250 ਦੀ ਸੇਲ ਵਿੱਚ ਵੇਖੀ, ਅਸਾਂ ਤੁਹਾਨੂੂੰ ਦੱਸਾਂ ਸਿਰਫ ਔਰ ਸਿਰਫ 150 ਰੁਪਏ ਦੀ। ਅੱਛਾ ਜੀ, ਉਸ ਤੋਂ ਬਾਅਦ ਕਲਰ ਉਹਦੇ ਵਿੱਚ ਤੁਹਾਨੂੰ ਮਿਲ ਗਏ ਸਨ। ਉਸ ਤੋਂ ਬਾਅਦ ਇਹ ਦੇਖ ਗਏ ਕਲਰ ਇਹਦੇ ਵਿੱਚ ਤੁਹਾਨੂੰ ਮਜ਼ੀਦ ਮਿਲ ਗਏ ਸਨ, ਅਤੇ ਇਹ ਤੁਹਾਨੂੰ ਮਿਲ ਗਏ ਸੀ ਸਿਰਫ ਔਰ ਸਿਰਫ 170 ਰੁਪਏ ਦੇ, 170 ਰੁਪਏ ਦੇ ਮਿਲ ਗਏ ਸੀ 3 ਪੀਸ ਹੈ। ਉਸ ਤੋਂ ਬਾਅਦ ਇਹ ਦੇਖੋ ਜਨਾਬ, ਇਹ ਬਾਜ਼ਾਰ 400-450 ਦਾ ਵਿਕਦਾ ਪਈ, ਤੁਹਾਨੂੰ ਖੋਲ੍ਹ ਕੇ ਦਿਖਾਉਂਦੇ ਹਾਂ ਕਲਰ ਇਹਦੇ ਵਿੱਚ ਮੌਜੂਦ ਹਨ। ਇਹ ਦੇਖੋ, ਦੋ ਕਲਰ ਤੁਹਾਨੂੰ ਦਿਖਾ ਰਹੇ ਤੇ ਬਾਜ਼ਾਰ 400-450 ਦੀ ਸੇਲ ਵਿੱਚ ਵਿਕਦੀ ਪਈ, ਸਿਰਫ ਔਰ ਸਿਰਫ ਤੁਹਾਨੂੰ ਮਿਲ ਗਏ ਸੀ 300 ਰੁਪਏ ਦੀ। ਅੱਛਾ ਜੀ, ਉਸ ਤੋਂ ਬਾਅਦ ਇਹ ਦੇਖੋ, ਕਾਫੀ ਪਿਆਰੀਆਂ ਟੋਕਰੀਆਂ ਆਈਆਂ ਹੋਈਆਂ ਤੇ ਬੜੀਆਂ ਮਜ਼ਬੂਤ ਹਨ। ਇਹ ਦੇਖੋ, ਇਹ ਦੇਖੋ, ਉਸ ਤੋਂ ਬਾਅਦ ਇਹ ਦੇਖੋ, ਇਹ ਬਾਜ਼ਾਰ ਯਾਨੀ ਕਿ 550 ਇਤਨੀ ਦੀ ਵਿਕਦੀ ਪਈ, ਅਸਾਂ ਤੁਹਾਨੂੰ ਸਾਹ ਤੁਹਾਨੂੰ ਮਿਲੇ ਸੀ ਸਿਰਫ ਔਰ ਸਿਰਫ 350 ਰੁਪਏ ਦੀ, ਸਾਰੇ ਕੋਲ ਬਾਜ਼ਾਰ 550-550 ਦੀ ਵਿਕਦੀ ਪਈ। ਵੀਡੀਓ ਕਰੇ ਨੇ ਅੱਜ ਤਾਈਂ ਖਤਮ, ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਜ਼ਰੂਰ ਕੀਤਾ ਕਰੋ, ਕਮੈਂਟ ਵੀ ਜ਼ਰੂਰ ਕੀਤਾ ਕਰੋ। ਖੁਦਾ ਹਾਫਿਜ਼।